ਅੱਜ ਇਸ ਤਰ੍ਹਾਂ ਹੁੰਦਾ ਜੇ ਅੱਜ ਕਿਸੇ ਖਹਿਰਾ ਸਾਹਿਬ ਦਾ ਬਿਆਨ ਸੁਣੀਦਾ ਤਾਂ ਇਸ ਤਰ੍ਹਾਂ ਲੱਗਦਾ ਵੀ ਕਰ ਕੁਛ ਕਰੂਗਾ। ਫਿਰ ਜਦੋਂ ਦੂਜੇ ਪਾਸੇ ਅਰਵਿੰਦ ਖੰਨਾ ਜੀ ਖੜ੍ਹੇ ਹੋ ਗਏ ਨੇ, ਉਹ ਵੀ ਉਸ ਜਾਣੇ ਪਹਿਚਾਣੇ ਨੇ, ਫਿਰ ਉਹਨਾਂ ਨੂੰ ਸੁਣੀਦਾ ਤਾਂ ਫਿਰ ਇਸ ਤਰ੍ਹਾਂ ਲੱਗਦਾ ਉਹ ਖੜ੍ਹੇ। ਮੀਤ ਹੈ ਜੀ ਨੇ ਬਹੁਤ ਅੱਛੇ ਦਾਅਵੇ ਕਰ ਰਹੇ ਨੇ, ਕੱਲ੍ਹ ਪਰਸੋਂ ਵਿੱਚ ਡੋਰ ਟੂ ਡੋਰ ਸ਼ਹਿਰ 'ਚ ਹੋ ਕੇ ਗਏ ਨੇ। ਫਿਰ ਵੀ ਲੀਡਰ 'ਚ ਹਰ ਰੋਜ਼ ਪਾਰਟੀਆਂ ਬਦਲਦੇ ਨੇ, ਕਿਹਦੇ ਬਾਰੇ ਸੋਚੀਏ, ਕਿਹਦੇ ਬਾਰੇ ਨਾ ਸੋਚੀਏ? ਨਾ ਆਪ ਪਾਰਟੀ ਕਰਦੀ ਹੈ, ਨਾ ਹੋਰ ਪਾਰਟੀਆਂ ਕਰਦੀ ਹੈ, ਆਪ ਤਾਂ ਐਟ ਪ੍ਰੈਜੈਂਟ ਇੱਥੇ ਹੈ। ਇਸ ਕਰਕੇ ਅਸੀਂ ਲੋਕ ਸੋਚਦੇ ਹਾਂ ਵੀ ਪਹਿਲਾਂ ਉਮੀਦ ਆਪਾਂ ਨੂੰ ਪੋਲੀਟੀਕਲ ਪਾਰਟੀ ਉਸ ਤੋਂ ਹੁੰਦੀ ਹੈ ਜਿਹੜੀ ਸ਼ਾਸਨ 'ਚ ਹੋਵੇ, ਤਾਂ ਉਹ ਤਾਂ 1% ਵੀ ਨਹੀਂ ਕੰਮ ਕਰ ਰਹੀ। ਦਲ ਮਿੰਟ 'ਚ ਇੱਧਰ ਮਿੰਟ 'ਚ ਉੱਧਰ, ਕੰਮ ਕੀ ਹੋਣਗੇ ਜਦੋਂ ਪਾਰਟੀਆਂ ਹੀ ਬਦਲੀ ਜਾਂਦੇ ਨੇ। ਜਿਹੜਾ ਬੰਦਾ ਆਪਣੇ ਇਲਾਕੇ ਦਾ ਖੜ੍ਹਾ ਹੋਇਆ ਉਸਨੂੰ ਵੋਟ ਜ਼ਰੂਰ ਪਾਉਣੀ ਚਾਹੀਦੀ ਹੈ, ਅਤੇ ਉਹਦਾ ਫਾਇਦਾ ਵੀ ਹੈ। ਜੇ ਦੂਜਾ ਗੈਰ ਇਲਾਕੇ ਦਾ ਉਹਦੇ ਕੋਲ ਨਾ ਅਸੀਂ ਜਾ ਸਕਦੇ ਹਾਂ, ਨਾ ਸਾਡੇ ਕੋਲ ਉਹ ਆ ਸਕਦਾ ਹੈਗਾ। ਪੰਜਾਬ ਦੇ ਵਿੱਚ 1 ਜੂਨ ਨੂੰ ਵੋਟਿੰਗ ਹੋਣੀ ਹੈ, ਅੱਜ ਗੱਲ ਕਰਾਂਗੇ ਸੰਗਰੂਰ ਲੋਕ ਸਭਾ ਸੀਟ ਦੀ, ਜਿੱਥੋਂ ਆਮ ਆਦਮੀ ਪਾਰਟੀ ਨੇ ਆਪਣੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤਹਿਆਰ ਨੂੰ ਮੈਦਾਨ ਦੇ ਵਿੱਚ ਉਤਾਰਿਆ। ਭਾਜਪਾ ਵੱਲੋਂ ਅਰਵਿੰਦ ਖੰਨਾ ਨੂੰ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ, ਅਤੇ ਉੱਥੋਂ ਅਕਾਲੀ ਦਲ ਵੱਲੋਂ ਵੀ ਇਕਬਾਲ ਸਿੰਘ ਝੂੰਦਾ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ। ਲੇਕਿਨ ਕਾਂਗਰਸ ਨੇ ਬਾਹਰ ਤੋਂ ਸੁਖਪਾਲ ਸਿੰਘ ਖਹਿਰਾ ਨੂੰ ਲੈ ਕੇ ਇੱਥੇ ਉਮੀਦਵਾਰ ਬਣਾਇਆ। ਸਿਟਿੰਗ MP ਜਿਹੜੇ ਸਿਮਰਜੀਤ ਸਿੰਘ ਮਾਨ ਸੀ, ਉਹ ਵੀ ਮੈਦਾਨ ਦੇ ਵਿੱਚ ਨੇ। ਸੰਗਰੂਰ ਦੇ ਲੋਕ ਅਕਸਰ ਕੀ ਦੇਖਦੇ ਨੇ ਇਸ ਸਮੇਂ ਮਾਹੌਲ ਨੇ, ਕਿਉਂਕਿ ਹੁਣ ਮਾਹੌਲ ਪੂਰਾ ਗਰਮ ਹੋ ਚੁੱਕਿਆ, ਵੈਸੇ ਕੁਝ ਦਿਨ ਹਜੇ ਵੋਟਿੰਗ ਦੇ ਵਿੱਚ ਜਿਹੜੇ ਬਾਕੀ ਨੇ, ਸਾਰੀਆਂ ਹੀ ਜਿਹੜੀਆਂ ਮੁੱਖ ਧਿਰਾਂ ਨੇ ਜਿਹੜੇ ਉਹਨਾਂ ਨੇ ਆਪਣੇ ਜਿਹੜੇ ਉਮੀਦਵਾਰਾਂ ਦਾ ਐਲਾਨ ਆ ਜਿਹੜਾ ਉਹ ਕਰ ਦਿੱਤਾ। ਆਖਿਰਕਾਰ ਸੰਗਰੂਰ ਦੇ ਕੀ ਮੁੱਦੇ ਨੇ ਜਾਂ ਸੰਗਰੂਰ ਦੇ ਲੋਕ ਕਿਸ ਚੀਜ਼ ਨੂੰ ਦੇਖ ਕੇ ਜਿਹੜੀ ਵੋਟ ਪਾਉਣਗੇ ਜਾਂ ਕਿਸ ਦੀ ਉਹਨਾਂ ਨੂੰ ਹਵਾ ਲੱਗਦੀ ਆ, ਅੱਜ ਆਪਾਂ ਗੱਲ ਕਰਾਂਗੇ ਸੰਗਰੂਰ ਦੇ ਲੋਕਾਂ ਦੇ ਨਾਲ। ਸੰਗਰੂਰ ਦੇ ਬਨਾਸਰ ਬਾਗ ਦੇ ਵਿੱਚ ਖੜ੍ਹੇ ਹਾਂ, ਇਹ ਕਹਿ ਸਕਦੇ ਹਾਂ ਕਿ ਸੰਗਰੂਰ ਦਾ ਉਹ ਦਿਲ ਹੈ ਜਿੱਥੇ ਲੋਕ ਅਕਸਰ ਸਵੇਰੇ ਸ਼ਾਮ ਆਉਂਦੇ ਨੇ। ਹਰ ਵਰਗ ਇੱਥੇ ਜਿਹੜਾ ਸਵੇਰੇ ਸ਼ਾਮ ਜਿਹੜਾ ਆ ਕੇ ਚਰਚਾਵਾਂ ਕਰਦਾ ਹੈਗਾ ਕਿ ਕਿਸ ਪਾਰਟੀ ਦੀ ਹਵਾ ਹੈ ਜਾਂ ਕਿਸ ਪਾਰਟੀ ਦੇ ਪੱਖ ਦੇ ਵਿੱਚ ਲੋਕ ਜਾ ਰਹੇ ਨੇ ਜਾਂ ਕਦੋਂ ਹਵਾ ਜਿਹੜੀ ਘਟਦੀ ਹੈ। ਗੱਲਬਾਤ ਕਰਾਂਗੇ, ਕੋਈ ਯਕੀਨ ਹੈ ਮਤਲਬ ਐਸ ਕੇ ਵਾਲੀਆ ਬਲੀ ਸਾਹਿਬ, ਸੰਗਰੂਰ ਦੇ ਵਿੱਚ ਹਵਾ ਕਿਵੇਂ ਚੱਲਦੀ ਹੈ? ਕੀ ਸੰਗਰੂਰ ਵਿੱਚ ਹਵਾ ਦਾ ਕੋਈ ਪਤਾ ਨਹੀਂ ਲੱਗ ਰਿਹਾ, ਹਰ ਇੱਕ ਪਾਰਟੀਆਂ ਆਪਣੇ ਆਪਣੇ ਦਾਅਵੇ ਕਰ ਰਹੀਆਂ ਨੇ, ਪਰੰਤੂ ਪਾਸੇ ਲੋਕ ਪਾਰਟੀਆਂ ਨੇ ਐਸਾ ਕੰਮ ਕੋਈ ਨਹੀਂ ਕੀਤਾ ਕਿਸੇ ਪਾਰਟੀ ਨੇ। ਇੱਥੇ ਸੀਵਰੇਜ ਦੀ ਜਿਹੜੀ ਸਮੱਸਿਆ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਹੈਗੀ ਹੈ, ਜਦੋਂ ਇੱਕ ਮੀਂਹ ਪੈ ਜਾਂਦਾ ਪਾਣੀ ਸ਼ਹਿਰ ਵਿੱਚ ਖੜ੍ਹ ਜਾਂਦਾ ਅਤੇ ਆਉਣਾ ਜਾਣਾ ਮੁਸ਼ਕਿਲ ਹੋ ਜਾਂਦਾ। ਹਰ ਇੱਕ ਪਾਰਟੀ ਦਾਅਵਾ ਕਰ ਰਹੀ ਹੈ ਕਿ ਅਸੀਂ ਇਹ ਮੁੱਦੇ ਨੂੰ ਹੱਲ ਕਰਾਂਗੇ, ਜਿਹੜਾ ਬੰਦਾ ਇਸ ਲੋਕਾਂ ਦੀਆਂ ਤਕਲੀਫਾਂ ਨੂੰ ਦੂਰ ਕਰੂਗਾ ਅਸੀਂ ਉਸਨੂੰ ਵੋਟ ਪਾਵਾਂਗੇ। ਅੱਛਾ, ਵੋਟ ਤੁਸੀਂ 1 ਤਰੀਕ ਨੂੰ ਜ਼ਰੂਰ ਪਾਓਗੇ, ਪਰ ਮਾਇੰਡ ਕੁਛ ਬਣਾਇਆ ਤਾਂ ਹੋਏਗਾ ਵੀ ਕਿਸ ਪਾਰਟੀ ਜਾਂ ਹਜੇ ਮਤਲਬ ਕਿ ਉੱਪਰ ਥੱਲੇ ਹੋ ਰਿਹਾ? ਹਾਲੇ ਰੋਜ਼ ਬਦਲ ਜਾਂਦਾ ਹੈ, ਅੱਜ ਮਾਇੰਡ ਸਾਡਾ ਕਦੇ ਅਕਾਲੀ ਕਰੀ ਹੋ ਜਾਂਦਾ, ਕਿੱਧਰ ਹੋ ਜਾਂਦਾ, ਲੇਕਿਨ ਹਜੇ ਲੋਕਾਂ ਦੇ ਵਿਚਾਰ ਅਸੀਂ ਸੁਣ ਰਹੇ ਹਾਂ। ਇਹ ਫੈਸਲਾ ਮਤਲਬ ਅਸੀਂ ਵੋਟਰ ਲਾਸਟ ਡੇਟ 'ਤੇ ਕਰਨਗੇ ਜਿਸ ਦਿਨ ਬਹੁਤ ਪਏ ਨੇ। ਬਦਲਦਾ ਕਿਵੇਂ ਆ ਮਤਲਬ ਕਿ ਜਦੋਂ ਉਹ ਚਰਚਾਵਾਂ ਕਰਦੇ ਹੋ ਸਾਰੇ ਸਾਥੀ ਆ ਕੇ ਬੈਠ ਜਾਂਦੇ, ਉਦੋਂ ਲੱਗਦਾ ਵੀ ਅੱਜ ਕਿਸੇ ਲੀਡਰ ਨੇ ਕੀ ਕਹਿਤਾ ਜਾਂ? ਅੱਜ ਇਸ ਤਰ੍ਹਾਂ ਹੁੰਦਾ ਜੇ ਅੱਜ ਕਿਸੇ ਖਹਿਰਾ ਸਾਹਿਬ ਦਾ ਬਿਆਨ ਸੁਣੀਦਾ ਤਾਂ ਇਸ ਤਰ੍ਹਾਂ ਲੱਗਦਾ ਵੀ ਕਰ ਕੁਛ ਕਰੂਗਾ। ਫਿਰ ਜਦੋਂ ਦੂਜੇ ਪਾਸੇ ਅਰਵਿੰਦ ਖੰਨਾ ਜੀ ਖੜ੍ਹੇ ਹੋ ਗਏ ਨੇ, ਉਹ ਵੀ ਉਸ ਜਾਣੇ ਪਹਿਚਾਣੇ ਨੇ, ਫਿਰ ਉਹਨਾਂ ਨੂੰ ਸੁਣੀਦਾ ਤਾਂ ਫਿਰ ਇਸ ਤਰ੍ਹਾਂ ਲੱਗਦਾ ਉਹ ਖੜ੍ਹੇ। ਮੀਤ ਹੈ ਜੀ ਨੇ ਬਹੁਤ ਅੱਛੇ ਦਾਅਵੇ ਕਰ ਰਹੇ ਨੇ, ਕੱਲ੍ਹ ਪਰਸੋਂ ਵਿੱਚ ਡੋਰ ਟੂ ਡੋਰ ਸ਼ਹਿਰ 'ਚ ਹੋ ਕੇ ਗਏ ਨੇ, ਤਾਂ ਹਾਲੇ ਮਤਲਬ ਵੋਟਰ ਆਪਣਾ ਮਨ ਨੂੰ ਤਿਆਰ ਨਹੀਂ ਕਰ ਸਕੇ। ਭਾਈ ਲੱਗਦਾ ਕਿ ਜਿਵੇਂ ਜਿਸ ਤਰ੍ਹਾਂ ਦੀ ਚਰਚਾਵਾਂ ਸੀ ਨੋਰਮਲ ਤੌਰ 'ਤੇ, ਉਹ ਸਰ ਚਰਚਾਵਾਂ ਦੇਖੀਆਂ ਨੇ ਕਿ ਜਿਵੇਂ ਪਹਿਲਾਂ ਲੋਕਾਂ ਦੇ ਵਿੱਚ ਹੁੰਦਾ ਸੀ ਕਿ ਬਹੁਤ ਰੁਝਾਨ ਹੁੰਦਾ ਸੀ ਇਲੈਕਸ਼ਨ ਨੂੰ ਲੈ ਕੇ, ਪਰ ਉਹ ਰੁਝਾਨ ਥੋੜ੍ਹਾ ਘੱਟ ਨਹੀਂ ਨਜ਼ਰ ਆ ਰਿਹਾ ਲੋਕਾਂ ਦੇ? ਹਾਂਜੀ, ਘੱਟ ਨਜ਼ਰ ਆ ਰਿਹਾ। ਕੀ ਕਾਰਨ ਬਣਦੇ? ਕਾਰਨ ਇਹ ਵੀ ਪਹਿਲਾਂ ਜਿਹੜੇ ਲੋਕਾਂ ਨੂੰ ਬਹੁਤ ਸਾਰੇ ਲਾਰੇ ਲਾ ਕੇ ਸਰਕਾਰ ਆਮ ਆਦਮੀ ਪਾਰਟੀ ਦੀ ਆਈ ਸੀ, ਉਹਨੇ ਕੁਛ ਨਹੀਂ ਕੀਤਾ ਹੈਗਾ। ਇਸੇ ਤਰ੍ਹਾਂ ਜਿਹੜੀ ਕੇਂਦਰ ਦੀ ਸਰਕਾਰ ਹੈਗੀ ਹੈ ਉਹ ਸੰਵਿਧਾਨ ਨੂੰ ਤੋੜਨ 'ਤੇ ਲੱਗੀ ਹੋਈ ਹੈ ਅਤੇ ਫਾਸੀਵਾਦ ਲਾਗੂ ਕਰ ਦਿੱਤੀ ਜਾ ਰਹੀ ਹੈ। ਇਹ ਸਮਾਂ ਹੁਣ ਇਹੋ ਜਿਹਾ ਹੈਗਾ ਵੀ ਅਸੀਂ
ਮਤਲਬ ਕਿ ਚਾਹੁੰਦੇ ਹਾਂ ਵੀ ਕਾਂਗਰਸ ਪਾਰਟੀ ਜਿਹੜੀ ਹੈ ਉਹ ਇੱਥੇ ਮਜ਼ਬੂਤ ਹੋਵੇ ਅਤੇ ਉਹਦੇ MP ਤੁਸੀਂ ਜ਼ਿਕਰ ਕਰ ਰਹੇ ਹੋ ਕਿ ਪੰਜਾਬ ਸਰਕਾਰ ਨੇ ਵੀ ਕੀ ਵਾਅਦੇ ਨਹੀਂ ਜਿਹੜੇ ਪੂਰੇ ਕਰੇ, ਤੁਸੀਂ ਕੇਂਦਰ ਸਰਕਾਰ ਦੇ ਸਵਾਲ ਖੜੇ, ਪਰ ਇੰਡੀਆ ਗਠਬੰਧਨ ਦਾ ਤਾਂ ਅਲਾਇੰਸ ਹੈ, ਕਿਤੇ ਨਾ ਕਿਤੇ ਵੋਟ ਤਾਂ ਚਾਹੇ ਤੁਸੀਂ ਆਮ ਆਦਮੀ ਪਾਰਟੀ ਨੂੰ ਪਾਓ ਚਾਹੇ ਕਾਂਗਰਸ ਨੂੰ ਪਾਓ, ਮਤਲਬ ਉੱਪਰ ਤਾਂ ਇੱਕ ਪਾਸੇ ਨਹੀਂ ਨਹੀਂ ਜੀ, ਮੈਂ ਤਾਂ ਸਾਡੀ ਤਾਂ ਸਿੱਧੀ ਸਪਸ਼ਟ ਗੱਲ ਹੈਗੀ ਹੈ ਵੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਕਾਂਗਰਸ ਦਾ ਕੋਈ ਸਮਝੌਤਾ ਨਹੀਂ ਹੋਇਆ ਅਤੇ ਅਸੀਂ ਚਾਹੁੰਦੇ ਹਾਂ ਵੀ ਕਾਂਗਰਸ ਪਾਰਟੀ ਜਿਹੜੀ ਹੈ ਇੱਥੋਂ ਵੱਧ ਤੋਂ ਵੱਧ ਸੀਟਾਂ ਲੈ ਕੇ ਜਾਵੇ। ਤੁਸੀਂ ਕਿਵੇਂ ਦੇਖਦੇ ਹੋਗੇ ਫਿਰ ਵੀ ਵੋਟਾਂ ਨੂੰ ਲੈ ਕੇ ਕੁਛ ਚਰਚਾਵਾਂ ਤਾਂ ਚੱਲਦੀਆਂ ਹੋਣਗੀਆਂ ਫਿਰ ਵੀ? ਲੀਡਰ ਹਰ ਰੋਜ਼ ਪਾਰਟੀਆਂ ਬਦਲਦੇ ਨੇ, ਕਿਹਦੇ ਬਾਰੇ ਸੋਚੀਏ ਕਿਹਦੇ ਬਾਰੇ ਨਾ ਸੋਚੀਏ, ਦੈਟਸ ਆਲ। ਲੱਗਦਾ ਕਿ ਦਲ ਬਦਲੂਆਂ ਦਾ ਅਸਰ ਤੁਹਾਡੇ 'ਤੇ ਪਿਆ, ਜਿਵੇਂ ਤੁਸੀਂ ਗੱਲ ਕਿਹਾ ਕਿ ਸਾਰੀ ਪਬਲਿਕ 'ਤੇ ਪੈ ਰਿਹਾ ਦਲ ਬਦਲਾਉਣ ਦਾ? ਅੱਛਾ, ਇਹ ਅਸਰ ਪੈਂਦਾ ਜੀ ਜਿਵੇਂ ਕਦੇ ਕੋਈ ਪਾਰਟੀ, ਕੋਈ ਅੱਜ ਲੀਡਰ ਤੁਸੀਂ ਕਾਂਗਰਸ ਤੋਂ ਦੇਖ ਰਹੇ ਹੋ, ਕੱਲ੍ਹ ਨੂੰ ਆਮ ਆਦਮੀ ਪਾਰਟੀ ਕਿਹੜੀ ਹੁੰਦਾ ਜਾਂ ਫਿਰ ਐਂ ਨਹੀਂ ਪਤਾ ਹੁੰਦਾ ਕਦੋਂ ਕੋਈ ਬੀਜੇਪੀ ਵੱਲੋਂ ਆ ਜਾਵੇ? ਇਹ ਬਿਲਕੁਲ ਆਪਣੇ ਅਸਰ ਹੁੰਦਾ ਜੀ। ਦੇਖੋ ਜਿਹੜੇ ਵਰਕਰ ਨੇ ਉਹ ਆਪਣੇ ਪਹਿਲਾਂ ਸੋਚ ਸਮਝ ਕੇ ਉਹਨਾਂ ਨਾਲ ਲੱਗ ਜਾਂਦੇ ਨੇ, ਕੁਛ ਸਮੇਂ ਬਾਅਦ ਪਤਾ ਲੱਗ ਜਾਵੇ ਉਹ ਪਾਰਟੀ ਛੱਡ ਕੇ ਉਹ ਪਾਰਟੀ ਚਲਿਆ ਗਿਆ। ਉਹ ਵਰਕਰ ਕਿੱਥੇ ਜਾਣ ਕੀ ਕਰਨ, ਕਿ ਉਹਨਾਂ ਦੇ ਪਿੰਡ ਦੇ ਵਿੱਚ ਸ਼ਹਿਰਾਂ 'ਚ ਰਹਿਣਾ ਹੁੰਦਾ, ਲੋਕਾਂ ਨਾਲ ਕਮਿਟਮੈਂਟ ਹੁੰਦੀਆਂ ਨੇ, ਤਾਂ ਉਹ ਤਾਂ ਆਪਣਾ ਕੈਰੀਅਰ ਤਾਂ ਉਹਨਾਂ ਦਾ ਖਤਮ ਹੋ ਗਿਆ ਨਾ ਜੀ। ਇਹ ਆਪਣੀਆਂ ਪਾਰਟੀਆਂ ਬਦਲ ਦਿੰਦੇ ਨੇ, ਇਸ ਕਰਕੇ ਹਰੇਕ ਵੋਟਰ ਨੂੰ ਆਪਣੀ ਜਿਹੜੀ ਵੋਟ ਆ ਸੋਚ ਸਮਝ ਕੇ ਆਪਦੇ ਮਨ ਨਾਲ ਪਾਉਣੀ ਚਾਹੀਦੀ ਆ, ਇਹਨਾਂ ਮਗਰ ਲੱਗ ਕੇ ਨਹੀਂ ਵੋਟ ਪਾਉਣੀ ਚਾਹੀਦੀ। ਉਹਦੀ ਹਵਾ ਕੀ ਕਹਿੰਦੀ ਆ, ਮਤਲਬ ਸੰਗਰੂਰ ਦੇ ਵਿੱਚ ਤਾਂ ਉਰੇ ਗੜ ਕਹਿ ਲਈ ਆਮ ਆਦਮੀ ਪਾਰਟੀ ਦਾ, ਤਿੰਨ ਤਿੰਨ ਮਿਨਿਸਟਰ ਨੇ, ਖੁਦ ਮੁੱਖ ਮੰਤਰੀ ਦਾ ਆਪਣਾ, ਚਾਹੇ ਕੁਛ ਵੀ ਆ ਜੀ, ਇਹਦੇ ਨਾਲ ਦਾਅਵੇ ਨਾਲ ਕੁਛ ਨਹੀਂ ਕਹਿ ਸਕਦੇ। ਇੱਕ ਆਪਣੇ ਇਹ 'ਚ ਦੋ ਤਿੰਨ ਗੱਲਾਂ ਕਾਊਂਟ ਕਰਦੀਆਂ ਨੇ, ਪਾਰਟੀ ਵੀ ਕਾਊਂਟ ਕਰਦੀ ਆ ਅਤੇ ਜਿਹੜਾ ਬੰਦਾ ਕੈਂਡੀਡੇਟ ਆ ਉਹਦੇ ਉੱਪਰ ਵੀ ਡਿਪੈਂਡ ਆ, ਉਹਦਾ ਪਹਿਲਾਂ ਤੋਂ ਕੀ ਰਸੂਖ ਆ, ਕਿੱਥੇ ਰਿਹਾ। ਜੇ ਹੁਣ ਜਿਹੜੇ ਪਾਰਟੀ ਬਦਲੂ ਨੇ ਕਦੇ ਉਹ ਪਾਰਟੀ 'ਚ ਕਦੇ ਉਹ ਪਾਰਟੀ 'ਚ, ਤਾਂ ਕੁਛ ਵੀ ਕਹੀ ਜਾਣ ਤਾਂ ਪਬਲਿਕ ਨੂੰ ਤਾਂ ਪਤਾ ਹੁੰਦਾ ਹੀ ਆ ਨਾ ਵੀ ਇਹ ਬੰਦੇ ਦਾ ਕੀ ਸਟੈਂਡ ਆ, ਤਾਂ ਉਹਨੂੰ ਸੋਚਣਾ ਪੈਣਾ ਇਹ। ਇਸ ਕਰਕੇ ਇਹਦੇ ਬਾਰੇ ਜੇ ਕੁਛ ਕਲੀਅਰ ਨਹੀਂ ਕਹਿ ਸਕਦੇ, ਆਉਣ ਵਾਲਾ ਸਮਾਂ ਹੀ ਦੱਸੂਗਾ ਵੀ ਕਿਹੜੇ ਬੰਦੇ ਖੜ੍ਹਦੇ ਨੇ, ਕਿਹੜੇ ਬੈਠਦੇ ਨੇ, ਕਾਗਜ਼ ਵਾਪਸ ਲੈਂਦੇ ਨੇ, ਉਸ ਤੋਂ ਬਾਅਦ ਕੋਈ ਮੂੰਹ ਮੜੂ ਜੀ। ਅੱਛਾ, ਮੁੱਦੇ ਕੀ ਲੱਗਦੇ ਨੇ ਤੁਹਾਨੂੰ ਸੰਗਰੂਰ ਦੇ ਇੱਥੇ, ਜੇ ਤੁਸੀਂ ਆ ਕੇ ਬਹਿ ਕੇ ਗੱਲਬਾਤ ਕਰਦੇ ਹੋ, ਕਿਉਂਕਿ ਤੁਸੀਂ ਕਾਫੀ ਤਜਰਬਾ ਲੰਮਾ ਕਈ ਦਹਾਕੇ ਤੁਸੀਂ ਨੇ ਇਸ ਸ਼ਹਿਰ ਦੇ ਨਾਲ ਬਤੀਤ ਕੀਤੇ? ਇਹ ਦੇ ਸੰਬੰਧ ਦੇ ਵਿੱਚ ਸਾਰੇ ਸਾਥੀ ਗੱਲਾਂ ਕਰ ਰਹੇ ਨੇ, ਪਰ ਇਹਦੇ ਨਾਲ ਹੀ ਮੈਂ ਅੱਗੇ ਜੋੜਦਾ ਵੀ ਤੁਸੀਂ ਆਪਣੇ ਜਿਹੜੇ ਕੈਂਡੀਡੇਟਸ ਨੇ ਉਹਨਾਂ ਦੇ ਨਾਂ ਲਿੱਤੇ ਨੇ ਜੀ, ਅਤੇ ਇਹਦੇ ਨਾਲ ਹੀ ਅੱਜ ਸਾਡੇ ਕੋਲ ਆਇਆ ਹੈ ਸਾਡੇ ਸੀਨੀਅਰ ਸਿਟੀਜ਼ਨ ਦੇ ਇੱਕ ਮੈਂਬਰ ਵਿਜੇ ਸਿਆਲ ਜੀ ਨੇ, ਆਜ਼ਾਦ ਤੌਰ ਦੇ ਉੱਤੇ ਉਹ ਵੀ ਲੜ ਰਹੇ ਨੇ ਜੀ, ਹੈ ਜੀ। ਹਾਂ, ਅਤੇ ਇਸ ਤਰ੍ਹਾਂ ਉਹਨਾਂ ਦਾ ਹੀ ਹੈ ਵੀ ਭਾਈ ਮੈਂ ਆਪਣੀ ਲੈਵਲ ਦੇ ਅਧਿਕਾਰ ਹੈ, ਕੋਈ ਵੀ ਖੜਾ ਹੋ ਸਕਦਾ ਜੀ। ਕਿਵੇਂ ਦੇਖਦੇ ਹੋ ਸੁਖਪਾਲ ਖਹਿਰਾ ਨੂੰ ਤੁਸੀਂ, ਕਿਵੇਂ ਦੇਖਦੇ ਹੋ, ਕਿਉਂਕਿ ਉਰੇ ਦੇ ਨਹੀਂ ਹੈ ਕਿ ਬਾਹਰੋਂ ਆਏ ਨੇ, ਕੀ ਲੱਗਦਾ ਇਸ ਸੰਗਰੂਰ ਦੇ ਵਿੱਚ ਫਿੱਟ ਬੈਠ ਜਾਣਗੇ? ਇਹ ਤਾਂ ਫਿੱਟ ਬੈਠਣ ਵਾਲੀ ਗੱਲ ਤਾਂ ਬਾਅਦ ਦੇ ਵਿੱਚ ਆਉਂਦੀ ਹੈ, ਹਾਲ ਤਾਂ ਲੋਕਾਂ ਦੇ ਵਿੱਚ ਇਹੀ ਵਿਚਾਰ ਹੀ ਚੱਲ ਰਹੇ ਨੇ ਵੀ ਕੀ ਹੈ ਕੀ ਨਹੀਂ, ਕਿਸੇ ਵਾਸਤੇ ਕੋਈ ਨਿਸ਼ਚਿਤ ਪ੍ਰੋਗਰਾਮ ਨਹੀਂ ਕਿਸੇ ਕੋਲ। ਅਸੀਂ ਕੀ ਕਹਿਣਾ ਚਾਹੁੰਦੇ ਜੀ ਇਲੈਕਸ਼ਨ ਲੈ ਕੇ? ਬਸ ਅਸੀਂ ਕੁਛ ਨਹੀਂ ਚਾਹੁੰਦੇ ਜੀ, ਕਿਉਂਕਿ ਗੱਲਬਾਤ ਤਾਂ ਚੱਲਦੀ ਹੋਏਗੀ ਕੁਛ ਨਾ ਕੁਛ। ਪਾਰਟੀ ਆ ਜਿਹੜੀ ਉਹ ਤਾਂ ਸਾਨੂੰ ਨੁਕਸਾਨ ਨਹੀਂ ਕੀਤਾ, ਸਾਡਾ ਕੋਈ ਇੰਪਲਾਈ ਦਾ ਜਾਂ ਪੈਨਸ਼ਨਰ ਦਾ ਫਾਇਦਾ ਨਹੀਂ ਕੀਤਾ, ਇਸ ਲਈ ਇਹਦੀ ਸਪੋਰਟ ਕਰਨ ਦਾ ਕੋਈ ਫਾਇਦਾ ਨਹੀਂ। ਸਰਕਾਰ ਤਾਂ ਕਹਿ ਰਹੀ ਹੈ ਕਿ ਥੋੜ੍ਹਾ ਜਿਹਾ ਇੰਤਜ਼ਾਰ ਤਾਂ ਕਰੋ, ਗਰੰਟੀਆਂ ਸਾਰੀਆਂ ਪੂਰੀਆਂ ਕਰ ਦਿਓ। ਕਿੰਨਾ ਚਿਰ ਇੰਤਜ਼ਾਰ ਕਰੀ ਜਾਓਗੇ? ਇੰਤਜ਼ਾਰ ਸੀ ਸਭ ਕੁਛ ਨਿਕਲ ਜੂਗਾ ਫਿਰ ਤਾਂ। ਅਸੀਂ ਤਾਂ 2 ਸਾਲ ਹੋਏ ਨੇ, ਅਸੀਂ ਤਾਂ ਬਿਜਲੀ ਮੁਫ਼ਤ ਦੇ ਰਹੇ ਹਾਂ। ਹੁੰਦੇ ਨੇ ਦਿਨ ਉਤਾਰੀ ਹੈ, ਦਿਨ ਤਾਂ 2 ਵਾਧੂ ਹੁੰਦੇ ਨੇ। ਹਾਂ, ਲੱਗਦਾ ਜੀ ਬਿਜਲੀ ਮੁਫ਼ਤ ਦਾ ਅਸਰ ਪੈ ਰਿਹਾ, ਕਿਉਂਕਿ ਉਹ ਤਾਂ ਸ਼ਹਿਰ ਹੋਵੇ ਭਾਵੇਂ ਪਿੰਡ ਹੋਵੇ, 600 ਯੂਨਿਟ ਤਾਂ ਮਿਲਦਾ ਇਹ ਵੀ ਤੋਂ ਲੱਗ ਬਿਲਕੁਲ। ਚੇਅਰਮੈਨ ਸਾਹਿਬ ਕਿਵੇਂ ਦੇਖਦੇ ਹੋ, ਕਿਉਂਕਿ ਕਾਫ਼ੀ ਜਿਹੜੀਆਂ ਚਰਚਾਵਾਂ ਆਮ ਤੌਰ 'ਤੇ ਚੱਲਦੀਆਂ, ਹਰ ਪਾਰਟੀ ਆਪਣਾ ਦਾਅਵਾ ਕਰਦੀ ਹੈਗੀ, BJP ਨੇ ਹਜੇ ਹਾਲ ਹੀ ਦੇ ਵਿੱਚ ਆਪਣਾ ਉਮੀਦਵਾਰ ਐਲਾਨਿਆ ਕਿ ਉਸਨੇ ਹਜੇ ਸ਼ਹਿਰ ਦੇ ਵਿੱਚ ਆਉਣਾ, ਕੀ ਤੁਹਾਨੂੰ ਲੱਗਦਾ ਕਿ ਟੱਕਰ ਦੇ ਪਾਊਗੀ BJP ਉਨੀ ਜਿੰਨੀ ਦੇਣੀ ਚਾਹੀਦੀ ਸੀ ਸੰਗਰੂਰ ਦੇ ਵਿੱਚ? ਨਹੀਂ, ਟੱਕਰ ਤਾਂ ਸਾਰੇ ਕੈਂਡੀਡੇਟ ਇੱਕ ਦੂਜੇ ਨੂੰ ਦੇ ਰਹੇ ਨੇ, ਮਾਹੌਲ ਸੰਗਰੂਰ 'ਚ ਇਹੋ ਜਿਹਾ ਬਣਾਇਆ ਹੈ, ਕੋਈ ਕਹਿ ਨਹੀਂ ਸਕਦਾ ਕੋਈ ਬੰਦਾ ਕੌਣ ਜਿੱਤੂਗਾ ਕੌਣ ਹਾਰੂਗਾ। ਬਾਕੀ ਤੁਸੀਂ ਬਿਜਲੀ ਦੇ ਮੁੱਦੇ ਦੀ ਗੱਲ ਕੀਤੀ ਹੈ ਕਿ ਇੱਕ ਫਰੀ ਬਿਜਲੀ ਦੇਣਾ ਲੋਕਾਂ ਨੂੰ ਭੁਲਾਉਣਾ, ਇਹ ਵੋਟ ਬੈਂਕ ਤਿਆਰ ਕਰਨ ਦੀ ਲੋੜ ਹੈ ਜਾਂ ਦੇਸ਼ ਦੀ ਡਿਵੈਲਪਮੈਂਟ ਹੈ? ਇਹਦੇ ਨਾਲ ਦੇਸ਼ ਦੀ ਡਿਵੈਲਪਮੈਂਟ ਨਹੀਂ ਹੁੰਦੀ। ਬਿਜਲੀ ਫਰੀ ਦੇਣਾ
ਫਰੀ ਵਾਈਬਸ ਦੇਣਾ, ਦਿਸ ਇਜ਼ ਓਨਲੀ ਏ ਵੋਟ ਬੈਂਕ, ਜਿਹੜਾ ਵੀ ਹਰ ਇੱਕ ਬੰਦਾ ਪਾਰਟੀ ਦਾ ਲੀਡਰ ਚਾਹੁੰਦਾ ਹੈਗਾ ਵੀ ਵੋਟ ਬੈਂਕ ਮੇਰਾ ਮੇਰੇ ਨਾਲ ਹੋਵੇ, ਇਹ ਚੀਜ਼ਾਂ ਨਹੀਂ ਹੋਣੀ ਚਾਹੀਦੀਆਂ। ਬਾਕੀ ਆਮ ਆਦਮੀ ਜਾਂ ਪ੍ਰੈਜੈਂਟ ਸਰਕਾਰ ਦੀ ਗੱਲ ਕਰੀਏ, ਜੋ ਇਹਨਾਂ ਨੇ ਵਾਅਦੇ ਕੀਤੇ ਸੀ ਮੁਲਾਜ਼ਮਾਂ ਨਾਲ, ਰਿਟਾਇਰੀ ਦੇ ਨਾਲ, ਕੋਈ ਵੀ ਵਾਅਦਾ ਇਹਨਾਂ ਨੇ ਪੂਰਾ ਨਹੀਂ ਕੀਤਾ। ਅਤੇ ਇਸ ਤਰੀਕੇ ਦੀ ਗੱਲ ਆਮ ਤੌਰ 'ਤੇ ਤੁਸੀਂ ਤਾਂ ਉਰੇ ਰੋਜ਼ ਵਿਚਰਦੇ ਹੋ, ਇੱਥੇ ਇਸ ਜਗ੍ਹਾ 'ਤੇ ਉੱਪਰ ਰਹੇ ਨੇ, ਇੱਥੇ ਹਜ਼ਾਰਾਂ ਲੋਕ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਉਂਦੇ ਨੇ, ਨੋਰਮਲ ਚਰਚਾਵਾਂ ਕੀ ਚੱਲਦੀਆਂ ਨੇ ਵੋਟਾਂ ਨੂੰ ਲੈ ਕੇ, ਕਿ ਲੋਕਾਂ 'ਚ ਰੁਝਾਨ ਹੈ ਕਿ ਵੋਟ ਪਰਸੈਂਟੇਜ ਇਸ ਵਾਰ ਵਧੂਗੀ, ਜਿਵੇਂ ਲੱਗਦਾ ਕਿ ਇਸ ਵਾਰ ਉੱਨੀ ਵੋਟ ਨਹੀਂ ਪਏਗੀ, ਉੱਨੀ ਪਰਸੈਂਟੇਜ ਨਹੀਂ ਹੋਏਗੀ ਜਿੰਨੀ ਦੀ ਉਮੀਦ ਕੀਤੀ ਆ? ਦੇਖੋ, ਮੈਂ ਨਿੱਜੀ ਤੌਰ 'ਤੇ ਕਹੂੰਗਾ, ਹਰ ਇੱਕ ਵੋਟਰ ਦਾ ਅਧਿਕਾਰ ਹੈ, ਗੁਪਤ ਵੋਟ ਉਹਨੂੰ ਪਾਉਣੀ ਚਾਹੀਦੀ ਹੈ। ਦੂਸਰੇ, ਜਿਸ ਤਰ੍ਹਾਂ ਤੁਸੀਂ ਪੁੱਛਿਆ ਵੀ ਕੌਣ ਸਰਕਾਰ ਆਊ ਕੌਣ ਨਹੀਂ ਆਊ, ਕਿੱਦਾਂ ਰੁਝਾਨ ਹੋਏਗਾ, ਹਰ ਇੱਕ ਆਦਮੀ ਇਹ ਕਹਿੰਦਾ ਵੀ ਆਮ ਸਰਕਾਰ ਆਪਣੇ ਚੋਣ ਵਾਅਦਿਆਂ 'ਤੇ ਪੂਰੀ ਨਹੀਂ ਉਤਰੀ, ਖਾਸ ਕਰ ਮੁਲਾਜ਼ਮ ਵਰਗ ਹੈ ਜਿਹੜਾ ਉਹ ਬਹੁਤ ਨਾਰਾਜ਼ ਹੈ। ਭੈਣ ਜੀ, ਤੁਹਾਨੂੰ ਕਿਵੇਂ ਲੱਗਦਾ, ਹਾਲ ਹੀ ਦੇ ਵਿੱਚ ਤੁਸੀਂ ਸੁਣਿਆ ਹੋਗਾ ਜਦੋਂ ਸੰਗਰੂਰ ਭਗਵੰਤ ਸਿੰਘ ਮਾਨ ਆਏ ਤੇ ਇਸ ਨਾਮ ਦੇ ਵਿੱਚ, ਉਹਨਾਂ ਨੇ ਕਿਹਾ ਕਿ ਜਲਦੀ ਮਹਿਲਾਵਾਂ ਨੂੰ ਬਹੁਤ ਵੱਡਾ ਤੋਹਫਾ ਦੇਣ ਲੱਗਿਆਂਗੇ, 1000 ਰੁਪਇਆ ਦੇਵਾਂਗੇ, ਪਰ ਅਸੀਂ ਇਸ ਲਈ ਨਹੀਂ ਦਿੱਤਾ, ਕਾਰਨ ਸੀ ਕਿ ਜਦੋਂ ਅਸੀਂ ਦੇਵਾਂਗੇ ਤਾਂ ਫਿਰ ਵਿਚਕਾਰ ਬੰਦ ਨਹੀਂ ਕਰਾਂਗੇ, ਜਿਵੇਂ ਬਿਜਲੀ ਸਬਸਿਡੀ ਹੈ, ਉਹ ਕਹਿ ਰਹੇ ਨੇ ਕਿ ਸਾਨੂੰ ਥੋੜ੍ਹਾ ਸਮਾਂ ਹੋਰ ਲੱਗੇਗਾ, ਉਸ ਤੋਂ ਬਾਅਦ ਜਲਦੀ 1000 ਰੁਪਏ ਵਾਲੀ ਗਰੰਟੀ ਪੂਰੀ ਕਰਾਂਗੇ। ਸਰ, ਕੋਈ ਕਿਸੇ ਨੂੰ ਨਹੀਂ ਦਿੰਦਾ ਹੈਗਾ, ਵੈਸੇ ਜਿਹਨੂੰ ਮਿਲਣਾ ਚਾਹੀਦਾ ਹੱਕ ਉਸਨੂੰ ਹੱਕ ਨਹੀਂ ਮਿਲਦਾ, ਜਿਹੜੇ ਵੈਸੇ ਦੂਸਰੇ ਲੋਕ ਹੈ ਉਹ ਹੀ ਲੈ ਜਾਂਦੇ, ਜਿਹੜੇ ਕੋਈ ਇਹਨਾਂ ਦੇ ਸਿਫਾਰਸ਼ੀ ਲੋਕ ਹੁੰਦੇ ਆ ਉਹ ਇਹਦਾ ਫਾਇਦਾ ਉਠਾ ਜਾਂਦੇ ਹੈਗੇ ਆ, ਜਿਹੜੀ ਮੇਨ ਹੈ ਲੋਕਾਂ ਨੂੰ ਉਹ ਇਹਨਾਂ ਨੂੰ ਫਰੀ ਰਾਸ਼ਨ ਨਹੀਂ ਦੇਣਾ ਚਾਹੀਦਾ, ਜਿਸ ਤਰ੍ਹਾਂ 2 ਰੁਪਏ ਕਿਲੋ ਕਣਕ ਦੇ ਰਹੇ ਹੈ ਹੋਰ ਦੇ ਰਹੇ ਹੈ, ਲੋਕਾਂ ਨੂੰ ਇੰਪਲਾਇਮੈਂਟ ਦੇਣੀ ਚਾਹੀਦੀ ਹੈ, ਜੇ ਲੋਕਾਂ ਨੂੰ ਕੰਮ ਮਿਲੇ ਉਹਦੇ ਰਾਹੀਂ ਕਮਾਉਣ ਅਤੇ ਬੱਚੇ ਨਸ਼ਿਆਂ ਕੰਨੀ ਨਾ ਜਾਣ। ਹਰੇਕ ਪਾਰਟੀ ਵਾਅਦੇ ਤਾਂ ਬਹੁਤ ਵੱਡੇ ਵੱਡੇ ਕਰਦੀ ਆ, ਲੇਕਿਨ ਪੂਰੇ ਕੋਈ ਨਹੀਂ ਕਰਦੀ, ਸ਼ਹਿਰ 'ਚ ਜਗ੍ਹਾ ਜਗ੍ਹਾ ਕੂੜੇ ਦੇ ਢੇਰ ਲੱਗੇ ਹੋਏ ਆ, ਕੋਈ ਸਫਾਈ ਕਰਨੀ ਕੋਈ ਅਰੇਂਜ ਨਹੀਂ ਹੈਗਾ। ਜਿਸ ਉਰੇ ਬਨਾਸਰ ਬਾਗ ਦੇ ਵਿੱਚ ਆਪਾਂ ਉਰੇ ਖੜ੍ਹੇ ਹਾਂਗੇ, ਇੱਥੇ ਵੱਡੀ ਗਿਣਤੀ 'ਚ ਲੋਕ ਆਉਂਦੇ ਨੇ, ਇਸ ਦੀ ਦਸ਼ਾ ਬਦਲੀ ਹੈ ਕਦੇ? ਮੈਨੂੰ ਲੱਗਦਾ ਕਿ ਹਰ ਪਾਰਟੀ ਇਸ ਲਈ ਵੀ ਤਾਂ ਬਹੁਤ ਪੈਸਾ ਦਿੰਦੀ ਆ, ਜਾਰੀ ਕਰਦੀ ਹੈਗੀ, ਪਹਿਲਾਂ 1 ਕਰੋੜ ਰੁਪਏ ਪਿਛਲੀ ਵਾਰੀ ਕਾਂਗਰਸ ਸਰਕਾਰ ਸਮੇਂ ਵੀ ਆਪਾਂ ਕਿਹਾ ਕਿ ਤੁਸੀਂ ਇੱਥੇ ਆਉਂਦੇ, ਤੁਹਾਨੂੰ ਇੱਥੇ ਦਾ ਮਾਹੌਲ ਕਿਵੇਂ ਲੱਗਦਾ? ਇਹਦੇ ਬਾਰੇ ਮੇਰਾ ਕੋਈ ਕਮੈਂਟ ਨਹੀਂ, ਮੈਂ ਘੱਟ ਹੀ ਆਉਂਦੀ ਹਾਂ ਜੀ। ਤੁਸੀਂ ਕੀ ਕਹਿਣਾ ਚਾਹੁੰਦੇ ਬੇਬੀ ਜੀ? ਕੋਈ ਨਹੀਂ ਕੰਮ ਕਰਦਾ, ਇੱਥੇ ਹੀ ਦੇਖ ਜਾਓ ਤੁਸੀਂ, ਕੋਲੇ ਹੀ ਖੜ੍ਹੇ ਹੋ, ਕਿੰਨੀ ਕੁ ਸਫਾਈ ਹੈ, ਨਾ ਆਪ ਪਾਰਟੀ ਕਰਦੀ ਹੈ ਨਾ ਹੋਰ ਪਾਰਟੀਆਂ ਕਰਦੀ ਹੈ, ਆਪ ਤਾਂ ਐਟ ਪ੍ਰੈਜੈਂਟ ਇੱਥੇ ਹੈ। ਇਸ ਕਰਕੇ ਅਸੀਂ ਲੋਕ ਸੋਚਦੇ ਹਾਂ ਵੀ ਪਹਿਲਾਂ ਉਮੀਦ ਆਪਾਂ ਨੂੰ ਪੋਲੀਟੀਕਲ ਪਾਰਟੀ ਉਸ ਤੋਂ ਹੁੰਦੀ ਹੈ ਜਿਹੜੀ ਸ਼ਾਸਨ 'ਚ ਹੋਵੇ, ਤਾਂ ਉਹ ਤਾਂ 1% ਵੀ ਨਹੀਂ ਕੰਮ ਕਰ ਰਹੀ। ਅੱਛਾ, ਤੁਸੀਂ ਤਾਂ ਬਹੁਤ ਕਹਿ ਸਕਦੇ ਹਾਂ ਉਤਰਾਅ ਚੜ੍ਹਾਅ ਦਾ ਸਮਾਂ ਦੇਖੋਗੇ, ਬਹੁਤ ਸਰਕਾਰਾਂ ਦੇਖੀਆਂ ਨੇ, ਪਰ ਤੁਹਾਨੂੰ ਕੀ ਲੱਗਦਾ ਕਿ ਸਰਕਾਰਾਂ ਨੂੰ ਇਸ ਸਮੇਂ ਰਾਜਨੀਤੀ ਜਿਹੜਾ ਰਾਜਨੀਤੀ ਹੈ ਸਰਕਾਰਾਂ ਦੀ, ਉਹ ਸੁਣੀ ਜਾਓ, ਵੋਟ ਆਪਣੇ ਮਨ ਨਾਲ ਦਿਓ ਜਿਹਨੂੰ ਠੀਕ ਲੱਗਦਾ, ਤੁਹਾਡਾ ਕੋਈ ਵਾਕਫ ਹੈ ਤੁਸੀਂ ਕੰਮ ਕਰਾ ਲਓਗੇ, ਨਹੀਂ ਕੋਈ ਨਹੀਂ ਕਰਦਾ। ਇੱਥੋਂ ਹੀ ਦੇਖ ਲਓ ਵੀ ਅਸੀਂ ਕਿੰਨੇ ਸਰਕਲ 'ਚ ਰਹਿੰਦੇ ਹਾਂ, ਕਿਸੇ ਨੂੰ ਅੱਜ ਮੁਸੀਬਤ ਆ ਜਾਏ ਕੋਈ ਨਾਲ ਨਹੀਂ ਖੜ੍ਹਦਾ। ਲੱਗਦਾ ਕਿ ਤੁਸੀਂ ਵੋਟ ਆਪਣੇ ਮਨ ਦੇ ਹਿਸਾਬ ਦੇ ਨਾਲ ਭਾਵੇਂ ਆਮ ਆਦਮੀ ਪਾਰਟੀ ਜਾਂ ਕਾਂਗਰਸ ਕਿਸੇ ਨੂੰ ਪਾਇਆ ਹੈ, ਅਤੇ ਕੱਲ੍ਹ ਉਹ ਲੀਡਰ 2 ਮਹੀਨਿਆਂ ਬਾਅਦ ਕਿਸੇ ਹੋਰ ਪਾਸੇ ਜਾਵੇ, ਤੁਹਾਨੂੰ ਲੱਗਦਾ ਫਿਰ ਦਲ ਬਦਲੋ? ਤਾਂ ਬਹੁਤ ਬਹੁਤ ਗਲਤ ਗੱਲ ਹੈ, ਬਹੁਤ ਗਲਤ ਗੱਲ ਹੈ ਜਿਹੜੀ ਦਲ ਮਿੰਟ 'ਚ ਇੱਧਰ ਮਿੰਟ 'ਚ ਉੱਧਰ, ਕੰਮ ਕੀ ਹੋਣਗੇ ਜਦੋਂ ਪਾਰਟੀਆਂ ਹੀ ਬਦਲੀ ਜਾਂਦੇ ਨੇ, ਬਾਕੀ ਕੋਈ ਸਟੈਂਡ ਹੀ ਨਹੀਂ ਉਹਨਾਂ ਦਾ। ਜਿਨ੍ਹਾਂ ਦੀ ਜੇ ਆਪਣਾ ਸਟੈਂਡ ਨਹੀਂ ਉਹ ਦੂਸਰਿਆਂ ਨੂੰ ਕੀ ਗਾਈਡ ਕਰੂਗਾ? ਸੀਟਾਂ ਦੇ ਨਾਲ ਲੜੇ ਬੰਦਾ, ਰੋਕ ਇਸ ਗੱਲ 'ਤੇ ਵੀ ਲੱਗਣੀ ਚਾਹੀਦੀ ਹੈ ਵੀ ਇੱਕ ਤੋਂ ਵੱਧ ਸੀਟਾਂ 'ਤੇ ਬੰਦਾ ਨਾ ਲੜੇ, ਇੱਕ ਪੁਜੀਸ਼ਨ 'ਚ ਹੁੰਦੇ ਹੋਏ ਦੂਜੀ ਪੁਜੀਸ਼ਨ 'ਚ ਲੜਦਾ ਹੈ, ਕੱਲ੍ਹ ਨੂੰ ਤਾਂ ਅਸੀਂ ਉਹ ਖਾਲੀ ਹੋਣਗੀਆਂ, ਉਹਦਾ ਬਰਡਨ ਫਿਰ ਸਾਡੇ 'ਤੇ ਪਊ ਪਬਲਿਕ 'ਤੇ। ਇਸ ਵਾਰ ਵੱਡੇ ਪੱਧਰ ਦੇ ਉੱਪਰ MLA ਹੁੰਦੇ ਹੋਏ ਲੋਕ ਸਭਾ ਚੋਣਾਂ ਲੜੀਆਂ ਜਾ ਰਹੀਆਂ,
ਮੈਂ ਪਰਟੀਕੁਲਰਲੀ ਕੋਈ ਕੁਛ ਨਹੀਂ ਕਹਿੰਦਾ, ਮੈਂ ਇੱਕ ਸੀਟ 'ਤੇ ਹੁੰਦੇ ਹੋਏ ਦੂਜੀ ਸੀਟ ਨਾਲ ਲੜੀ ਜਾਵੇ, ਦੁਬਾਰਾ ਵੋਟਾਂ ਦਾ ਭਾਰ ਪਬਲਿਕ 'ਤੇ ਪਾਇਆ ਜਾਂਦਾ। ਇੱਕ ਇਹ ਚੀਜ਼ ਨੂੰ ਵੀ ਭਾਅ ਜੀ ਤੁਸੀਂ ਕਿਵੇਂ ਦੇਖਦੇ ਹੋਗੇ, ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਆਮ ਤੌਰ 'ਤੇ ਇਹ ਰਹਿੰਦਾ ਵੀ ਕਿ ਜੇ ਇਲਾਕੇ ਦਾ ਉਮੀਦਵਾਰ ਹੋਊਗਾ, ਇਲਾਕੇ ਦਾ ਰਹਿਣ ਵਾਲਾ ਹੋਊਗਾ, ਉਸਨੂੰ ਚਾਹੀਦਾ, ਉਹਨੂੰ ਜ਼ਿਆਦਾ ਪਤਾ ਹੋਊਗਾ, ਔਰ ਉਹ ਇਲਾਕੇ 'ਚੋਂ ਹੀ ਬੰਦਾ ਹੋਣਾ ਚਾਹੀਦਾ ਹੈ, ਬਾਹਰਲੇ ਬੰਦੇ ਦਾ ਉਹਨੂੰ ਨਾ ਸਾਡੀਆਂ ਲੋਕਲ ਪ੍ਰੋਬਲਮਸ ਪਤਾ ਹੁੰਦਾ ਨਾ ਉਹਨੂੰ ਵੀ ਹੈ, ਉਹਨਾਂ ਦੀ ਆਪਦੀ ਹੈ, ਫਾਇਦਾ ਵੀ ਹੁੰਦਾ ਹੀ ਹੈ, ਮਤਲਬ ਇੱਕ ਤਾਂ ਸਾਡੇ ਜ਼ਿਲ੍ਹੇ ਦਾ, ਸੈਕਿੰਡਲੀ ਉਹਨਾਂ ਦੀ ਸਰਕਾਰ ਵੀ ਹੈ, ਇਹ ਦੂਜਿਆਂ ਤੋਂ ਅਸੀਂ ਕੀ ਆਸ ਕਰਾਂਗੇ, ਇਹਨਾਂ ਤੋਂ ਚਲੋ ਕੁਛ ਨਾ ਕੁਛ ਆਸ ਤਾਂ ਕਰਾਂਗੇ ਅਸੀਂ, ਅਸੀਂ ਤਾਂ ਕਹਾਂਗੇ ਵੋਟ ਆਪ ਵਾਲਿਆਂ ਨੂੰ ਪਾਉਣੀ ਚਾਹੀਦੀ ਹੈ। ਮੇਰਾ ਇਹ ਵਿਚਾਰ ਹੈ ਵੀ ਜਿਹੜਾ ਬੰਦਾ ਆਪਣੇ ਇਲਾਕੇ ਦਾ ਖੜਾ ਹੋਇਆ ਉਸਨੂੰ ਵੋਟ ਜ਼ਰੂਰ ਪਾਉਣੀ ਚਾਹੀਦੀ ਹੈ, ਅਤੇ ਉਹਦਾ ਫਾਇਦਾ ਵੀ ਹੈ, ਜੇ ਦੂਜਾ ਗੈਰ ਇਲਾਕੇ ਦਾ ਉਹਦੇ ਕੋਲ ਨਾ ਅਸੀਂ ਜਾ ਸਕਦੇ ਹਾਂ ਨਾ ਸਾਡੇ ਕੋਲ ਉਹ ਆ ਸਕਦਾ ਹੈਗਾ, ਹੁਣ ਅਸੀਂ ਜੇ ਵੋਟ ਆਪਦੇ ਇਲਾਕੇ 'ਚ ਜਾਵਾਂਗੇ ਉਹਦੇ ਕੋਠੀ ਵੀ ਜਾਵਾਂਗੇ, ਉਦੋਂ ਕੰਮ ਵੀ ਕਰਾਵਾਂਗੇ, ਅਤੇ ਆਪਦੇ ਘਰ ਦੀ ਜਿਵੇਂ ਘਰ 'ਚ ਹੁੰਦੀ ਹੈ ਚੀਜ਼ ਉਹੀ ਇਲਾਕੇ ਪਿੰਡ 'ਚ ਹੁੰਦੀ ਹੈ, ਮਤਲਬ ਆਪਦੇ ਇਲਾਕੇ ਦਾ ਉਮੀਦਵਾਰ ਨੂੰ ਹੁਣ ਸਾਡਾ ਹੋਣਾ ਜ਼ਰੂਰੀ, ਸਰੂਰ ਦਾ ਹੋਣਾ ਜ਼ਰੂਰੀ ਹੈ। ਅੱਛਾ ਭਾਅ ਜੀ, ਸਿਮਰਜੀਤ ਮਾਨ ਦੇ ਕੰਮ ਕਾਰ ਨੂੰ ਕਿਵੇਂ ਦੇਖੋ, ਸਿਟਿੰਗ ਐਮ ਪੀ ਰਹੇ ਨੇ 2 ਸਾਲ ਉਹਨਾਂ ਨੇ ਇਸ ਇਲਾਕੇ 'ਚ ਕੰਮ ਕਰਿਆ, ਜਿੰਨੇ ਕੁ ਜੇ ਐਜ਼ ਏ ਐਮ ਪੀ ਦੇ ਕੰਮ ਆਪਾਂ ਕਰੀਏ, ਜਿੰਨੇ ਕੁ ਐਮ ਪੀ ਕਰ ਸਕਦਾ, ਕਿ ਉਸ ਹਿਸਾਬ ਨਾਲ ਦੇਖੋ ਜੀ, ਹਰ ਬੰਦਾ ਸਹੀ ਹੁੰਦਾ ਹੈ, ਜੇ ਉਹ 'ਚ ਗੁਣ ਹੋਣਗੇ ਤਾਂ ਉਹ ਗੁਣ ਵੀ ਹੋਣਗੇ, ਜਿਨ੍ਹਾਂ ਦੇ ਕੰਮ ਹੋਏ ਨੇ ਉਹ ਤਾਂ ਵਾਹ ਵਾਹ ਕਰਨਗੇ ਹੀ, ਬਾਕੀ ਜਿਨ੍ਹਾਂ ਦੇ ਕੰਮ ਨਹੀਂ ਹੋਏ, ਜਿਨ੍ਹਾਂ ਨੂੰ ਲਾਰੇ ਲਾਤੇ ਹੋਣਗੇ, ਵਿਚਾਰੇ ਰੋਂਦੇ ਹੋਣਗੇ, ਸੋ ਖੈਰ ਜਿਸ ਨੇ ਵੀ ਆਪਣੀ ਡਿਊਟੀ ਨਿਭਾਈ ਹੈ, ਚਾਹੇ ਅਸੀਂ ਵੋਟਾਂ ਪਾ ਕੇ ਡਿਊਟੀ ਨਿਭਾਈ ਹੈ, ਚਾਹੇ ਉਹਨਾਂ ਨੇ ਵੋਟਾਂ ਜਿੱਤ ਕੇ ਡਿਊਟੀ ਨਿਭਾਈ ਹੈਗੀ ਹੈ, ਲੇਕਿਨ ਇਹ ਗੱਲ ਹੈ ਵੀ ਹਰ ਬੰਦਾ ਆਪਣੇ ਫਰਜ਼ ਪੂਰੇ ਨਿਭਾ ਨਹੀਂ ਸਕਦਾ, ਚਾਹੇ ਘਰ 'ਚ ਹੋਵੇ, ਚਾਹੇ ਦੇਸ਼ 'ਚ ਹੋਵੇ, ਚਾਹੇ ਸਮਾਜ 'ਚ ਹੋਵੇ, ਲੇਕਿਨ ਫਿਰ ਵੀ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਅਤੇ ਲੋਕਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਆਪਣੀ ਫਰਜ਼ ਜਿੰਨੇ ਹੁੰਦੇ ਵੱਧ ਤੋਂ ਵੱਧ ਨਿਭਾਉਣ ਦੀ ਕੋਸ਼ਿਸ਼ ਕਰੋ, ਵੋਟਾਂ ਪਾਉਣਾ ਸਾਡਾ ਅਧਿਕਾਰ ਹੈ, ਪਰ ਸੋਚ ਸਮਝ ਕੇ ਪਾਓ, ਜੇ ਨਹੀਂ ਤਾਂ ਵੋਟ ਨਹੀਂ ਪਾਉਣੀ ਹੈਗੀ ਤਾਂ ਕਦੋਂ ਨੋਟ ਦਾ ਬਟਨ ਦਵਾਓ, ਸਾਨੂੰ ਕੋਈ ਲੀਡਰ ਪਸੰਦ ਨਹੀਂ ਹੈਗਾ, ਵੋਟ ਜ਼ਰੂਰ ਪਾਓ, ਵੋਟ ਜ਼ਰੂਰ ਪਾਓ। ਭਾਅ ਜੀ ਲਾਸਟ ਕਿਵੇਂ ਦੇਖਦੇ ਹੋ ਕਿ ਸਿਟਿੰਗ ਐਮ ਪੀ ਦੇ ਕੰਮ ਕਾਰ ਨੂੰ, ਜੇ ਆਪਾਂ ਕਹੀਏ, ਕਿਉਂਕਿ ਵੈਸੇ ਤਾਂ ਆਰੋਪ ਲਾਉਣ ਤਾਂ ਬਹੁਤ ਚੀਜ਼ਾਂ ਹੁੰਦੀਆਂ ਨੇ, ਪਰ ਜਿਹੜਾ ਇੱਕ ਐਮ ਪੀ ਕੰਮ ਕਰ ਸਕਦਾ ਵੇ, ਮਤਲਬ ਕਿ ਐਮ ਪੀ ਨੇ ਇੰਨੇ ਕੁ ਕੰਮ ਕਰਨੇ, ਪਿਛਲੇ ਐਮ ਪੀਆਂ ਦੀ ਆਪਾਂ ਗੱਲ ਕਰੀਏ, ਤਾਂ ਉਹਨੂੰ ਕਿਵੇਂ ਕਹੋ, ਜਿਵੇਂ ਸਿਮਰਜੀਤ ਸਿੰਘ ਮਾਨ ਦਾਅਵਾ ਕਰਦੇ ਨੇ ਕਿ ਉਹ ਐਡਾ ਵੱਡਾ ਪ੍ਰੋਜੈਕਟ ਲੈ ਕੇ ਆਏ ਨੇ ਕਿ ਸੰਗਰੂਰ ਦੇ ਬਰਨਾਲੇ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਤੁਹਾਨੂੰ ਜਿਹੜੀਆਂ ਅੰਡਰਗਰਾਊਂਡ ਤਾਰਾਂ ਹੋ ਜਾਣਗੀਆਂ, ਤੁਹਾਨੂੰ ਤਾਰਾਂ ਉੱਪਰ ਨਹੀਂ ਮਿਲਣਗੀਆਂ, ਬਹੁਤ 300 ਕਰੋੜ ਰੁਪਏ ਦਾ ਪ੍ਰੋਜੈਕਟ ਹੈ। ਚਲੋ ਭਾਈ ਸਾਹਿਬ, ਗੱਲ ਇੱਦਾਂ ਹੈ ਵੀ ਸਾਰੇ ਜਿਹੜੇ ਕੈਂਡੀਡੇਟ ਹੁੰਦੇ ਨੇ ਆਪਣੀ ਆਪਣੀ ਪਲੀ ਦਿੰਦੇ ਹੁੰਦੇ ਨੇ ਵੀ ਅਸੀਂ ਆਹ ਕੰਮ ਕਰਿਆ, ਅਸੀਂ ਆਹ ਕੰਮ ਕਰਿਆ, ਜਦੋਂ ਕੋਈ ਕੰਮ ਸਾਨੂੂੰ ਨਜ਼ਰ ਆਊਗਾ ਸਾਨੂੰ ਤਾਂ ਉਹਦੇ ਪਤਾ ਲੱਗੇਗਾ ਨਾ। ਹੁਣ ਜਿਵੇਂ ਸਿੰਗਲਾ ਜੀ ਨੇ ਸਮਿੰਟ ਪਲਾਂਟ ਲੈ ਕੇ ਆਉਂਦਾ ਸੀਗਾ, ਸਮਿੰਟ ਪਲਾਂਟ ਤੋਂ ਉਸ ਤੋਂ ਬਾਅਦ ਉਹ ਵਿੱਚ ਰਹਿ ਗਿਆ ਉਸ ਤੋਂ ਬਾਅਦ, ਪਰ ਮੈਨੂੰ ਇਹ ਜਿਸ ਤੱਕ ਲੱਗਦਾ ਵੀ ਜੋ ਸੰਗਰੂਰ ਦੀ ਕੰਮ ਕਾਰ ਕਰੇ ਨੇ ਉਹ ਬਿਜਿੰਦਰ ਸਿੰਗਲਾ ਜੀ ਨੇ ਕੀਤੇ ਨੇ, ਉਸ ਤੋਂ ਬਾਅਦ ਇੱਥੇ ਸਾਡੇ ਸੰਗਰੂਰ 'ਚ ਕੰਮ ਨਹੀਂ ਹੋਇਆ। ਬਿਜਿੰਦਰ ਸਿੰਗਲਾ ਦਾ ਨਾਮ ਕਾਫੀ ਹੋ ਰਿਹਾ ਕਿਉਂਕਿ ਵੱਡੇ ਪ੍ਰੋਜੈਕਟ ਉਹ ਲੈ ਕੇ ਵੀ ਆਏ ਨੇ ਕੋਈ ਦੋਰੇ, ਪਰ ਲੱਗਦਾ ਕਿ ਇਸ ਸਮੇਂ ਉਮੀਦਵਾਰ ਉਹਨਾਂ ਨੂੰ ਕਾਂਗਰਸ ਵੱਲੋਂ ਉਤਾਰਨਾ ਸਹੀ, ਉਹਨਾਂ ਨੂੰ ਮੇਰੇ ਮੁਤਾਬਕ ਤਾਂ ਉਹਨਾਂ ਨੂੰ ਜੋ ਉਮੀਦਵਾਰ ਸੀ ਅਨੰਦਪੁਰ ਸਾਹਿਬ ਦੀ ਬਜਾਏ ਸੰਗਰੂਰ ਦੇ ਵਿੱਚ ਉਤਾਰਨਾ ਚਾਹੀਦਾ ਸੀਗਾ, ਕਿਉਂਕਿ ਉੱਥੇ ਇਹਨਾਂ ਦਾ ਕਾਫੀ ਨਾਮ ਹੈ, ਸਾਡੇ ਸੰਗਰੂਰ ਦੇ ਵਿੱਚ ਕੰਮ ਵੀ ਬਹੁਤ ਕਰਾਏ ਨੇ। ਬਾਕੀ ਤਲਾਸ਼ ਦੀ ਸੰਗਰੂਰ ਦੀ ਇਹ ਹੈ ਵੀ ਜਿਸ ਤਰ੍ਹਾਂ ਆਪਣੇ ਸ਼ਹਿਰਾਂ ਦੇ ਵਿੱਚ ਅਮਰਿੰਦਰ ਸਿੰਘ ਜੀ ਨੇ ਕੰਮ ਕਰੇ ਨੇ ਜਾਂ ਆਪਣੇ ਪ੍ਰਕਾਸ਼ ਸਿੰਘ ਬਾਦਲ ਜੀ ਨੇ ਕੰਮ ਕਰੇ ਨੇ, ਚਾਹੇ ਉਹ ਬਠਿੰਡਾ ਸ਼ਹਿਰ ਸੀ ਚਾਹੇ ਪਟਿਆਲਾ ਸ਼ਹਿਰ ਸੀ, ਪਰ ਸਾਡੇ ਮੁੱਖ ਮੰਤਰੀ ਸਾਡੇ ਇੱਥੋਂ ਸੁਰਜੀਤ ਸਿੰਘ ਬਰਾਲਾ ਜੀ ਮੁੱਖ ਮੰਤਰੀ ਰਹਿ ਗਏ, ਹੁਣ ਮੌਜੂਦਾ ਭਗਵੰਤ ਸਿੰਘ ਮਾਨ ਜੀ ਵੀ ਸਾਡੇ ਮੁੱਖ ਮੰਤਰੀ ਨੇ, ਪਰ ਮੈਨੂੰ ਲੱਗਦਾ ਸੰਗਰੂਰ ਦਾ ਉਹ ਵਿਕਾਸ ਨਹੀਂ ਹੋ ਸਕਿਆ ਜੋ ਉਹਨਾਂ ਸ਼ਹਿਰਾਂ ਦਾ ਵਿਕਾਸ ਹੋ ਸਕਿਆ। ਅਸੀਂ ਉਮੀਦ ਕਰਦੇ ਹਾਂ ਵੀ ਜਿਹੜੇ ਸਾਡੇ ਇੱਥੋਂ ਚੁਣ ਕੇ ਜਾਣਗੇ ਵੀ ਜਿਸ ਤਰ੍ਹਾਂ ਦਾ ਵਿਕਾਸ ਪਹਿਲਾਂ ਹੋਇਆ ਇਹਨਾਂ ਨੇ ਕਰਵਾਇਆ ਵੀ ਉਸ ਤਰ੍ਹਾਂ ਸਾਡਾ ਵਿਕਾਸ ਹੋਵੇ, ਜੇ ਵਿਕਾਸ ਦਿਖੇ ਤਾਂ ਸੀ ਇਹਨਾਂ ਲੋਕਾਂ ਨੂੰ, ਵਿਕਾਸ ਦਿਖ ਨਹੀਂ ਰਿਹਾ ਐਕਚੁਅਲੀ ਸੰਗਰੂਰ ਦੇ ਵਿੱਚ, ਵਿਕਾਸ ਨਹੀਂ ਦਿਖ ਰਿਹਾ। ਜੋ ਵੀ ਕੋਈ ਗੱਲ ਕਰਦਾ ਤਾਂ ਬਜਿੰਦਰ ਸਿੰਗਲਾ ਜੀ ਦੀ ਗੱਲ ਕਰਦਾ, ਜੋ ਵੀ ਕੰਮ ਕਰਾਏ ਨੇ ਉਹ ਉਹਨਾਂ ਨੇ ਕਰਵਾਏ ਹੋਏ ਨੇ ਐਕਚੁਅਲੀ, ਉਸ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਸੰਗਰੂਰ ਦੇ ਵਿੱਚ ਕਿ ਜ਼ਿਆਦਾ ਕਿਸੇ ਬੰਦੇ ਨੇ ਕੰਮ ਕਰਵਾਏ। ਥੈਂਕ ਯੂ। ਬਿਲਕੁਲ, ਇਹ ਸੰਗਰੂਰ ਦੇ ਜਿਹੜੇ ਲੋਕ ਸੀ ਜਿਹੜੇ ਵੱਖੋ ਵੱਖਰੇ ਵਿਚਾਰ ਜਿਹੜੇ ਆਪਣੇ ਦੇ ਰਹੇ ਸੀ, ਉਹਨਾਂ ਸਭ ਤੌਰ 'ਤੇ ਇੱਕ ਵੱਡੀ ਗੱਲ ਜਿਹੜੀ ਉਹਨਾਂ ਨੇ ਇਹੀ ਗੱਲ ਕਹੀ ਕਿ ਪਾਰਟੀ ਦਾ ਉਮੀਦਵਾਰ ਲੋਕਲ ਹੋਣਾ ਚਾਹੀਦਾ, ਉਸ ਇਲਾਕੇ ਦਾ ਹੋਣਾ ਚਾਹੀਦਾ, ਕਿਉਂਕਿ ਅਗਰ ਜਿੱਤਣ ਹਾਰ ਤੋਂ ਬਾਅਦ ਜੇ ਅਗਰ ਕਿਸੇ ਸੁੱਖ ਦੁੱਖ ਦੇ ਵਿੱਚ ਜਾਂ ਕੰਮ ਕਾਜ ਲਈ ਜਾਣਾ ਤਾਂ ਲੋਕ ਉੱਥੇ ਆਸਾਨੀ ਨਾਲ ਜਾ ਸਕਦੇ ਨੇ।
ਕੈਮਰਾਮੈਨ ਬਲਬੀਰ ਦੇ ਨਾਲ ਵਿੱਕੀ ਬੁੱਲ ਪੰਜਾਬ ਤੱਕ ਸੰਗਰੂਰ।